ਸ੍ਰੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸਤਕਾਰ ਹੈ ਉਹ ਰਿਜ਼ਰਵ ਰਹਿਣਾ ਚਾਹੀਦਾ ਰੱਖਵਾ ਰਹਿਣਾ ਚਾਹੀਦਾ ਉਹਨਾਂ ਦੇ ਬਰਾਬਰ ਕੋਈ ਦੂਜਾ ਬਹਿਨ ਦੀ ਔਕਾਤ ਨਹੀਂ ਰੱਖਦਾ ਹੈਸੀਅਤ ਨਹੀਂ ਰੱਖਦਾ ਮੈਂ ਕੁਝ ਕੁ ਨੁਕਤੇ ਤੁਹਾਡੀ ਨਜ਼ਰ ਕਰਨਾ ਚਾਹੁੰਦਾ ਜਿਵੇਂ ਸਾਹਿਬ ਜੀ ਆਦਾ ਲਫ਼ਜ਼ ਬੋਲੀਏ ਤੇ ਤੁਹਾਡਾ ਧਿਆਨ ਇੱਕਦਮ ਇਕੱਠਾ ਹੋ ਗਿਆ ਕਿੱਥੇ ਜਾਂਦਾ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਾਰੇ ਬੱਚੇ ਸ਼ਹਾਦਤ ਦਾ ਜਾਮ ਪੀ ਗਏ ਚਮਕੌਰ ਦੀ ਗੜੀ ਦੇ ਅੰਦਰ ਸਰਹੰਦ ਦੇ ਅੰਦਰ ਸਹਬਜ਼ਾਦੇ ਤੇ ਦੂਜੇ ਗੁਰੂ ਸਹਬਾਨਾਂ ਦੇ ਵੀ ਹੋਏ ਨੇ ਬੱਚੇ ਉਹਨਾਂ ਦੇ ਵੀ ਹੋਏ ਨੇ ਪਰ ਉਹਨਾਂ ਦੇ ਵਿੱਚੋਂ ਕਈ ਗੁਰੂ ਘਰ ਦੇ ਵਿਰੋਧੀ ਹੋਏ ਤੇ ਕਈ ਸੰਗੀ ਸਾਥੀ ਬਣ ਕੇ ਨਾਲ ਚੱਲਦੇ ਰਹੇ ਪਰ ਜਿਹੜੇ ਸ਼ਹਾਦਤ ਦਾ ਜਾਮ ਪੀ ਗਏ ਸਹਬਜ਼ਾਦੇ ਲਫ਼ਜ਼ ਆਉਂਦਿਆਂ ਇੱਕ ਉਹ ਦਮ ਧਿਆਨ ਉਹਨਾਂ ਦੇ ਚਰਨਾਂ ਵਿੱਚ ਲਾ ਜਾਂਦਾ ਹੈ ਲਫ਼ਜ਼ ਰਾਖਵਾ ਚੰਗਾ ਲੱਗਦਾ ਹੈ ਤੁਹਾਡੇ ਨਾਲ ਤੁਹਾਡਾ ਬੱਚਾ ਹੋਵੇ ਕਈ ਸਾਡੇ ਵੀਰੇ ਰਟਿਆ ਰਟਾਇਆ ਜਿਆ ਲਫਜ਼ ਬੋਲ ਦਿੰਦੇ ਨੇ ਪੁੱਛ ਲੈਂਦੇ ਨੇ ਜੀ ਤੁਹਾਡਾ ਸਹਿਬ ਜادہ ਨਹੀਂ ਬੋਲਣਾ ਚਾਹੀਦਾ ਪੁੱਛ ਲਓ ਇਹ ਤੁਹਾਡਾ ਬੇਟਾ ਹੈ ਤੁਹਾਡਾ ਲੜਕਾ ਹੈ ਜਾਂ ਇਹ ਤੁਹਾਡਾ ਸ਼ਹਿ ਜادہ ਹੈ ਸ਼ਹਿ ਜਾਦੇ ਦਾ ਮਤਲਬ ਹੁੰਦਾ ਹੈ ਰਾਜਕੁਮਾਰ ਪਰ ਸਹਿਬ ਜادہ ਰਾਖਮਾ ਰਹਿੰਦੀ ਏ ਤੇ ਜਿਆਦਾ ਚੰਗਾ ਹੋਏਗਾ ਇਸ ਤੋਂ ਅੱਗੇ ਹੋਰ ਆਪਾਂ ਚੱਲੀਏ ਜਿਵੇਂ ਘਰ ਦੇ ਅੰਦਰ ਪਿਤਾ ਦਾ ਥਾਂ ਰਾਖਮਾ ਭਾਵੇਂ ਸਾਡੇ ਤਾਏ ਚਾਚੇ ਸੋਹਣੇ ਸੁਨੱਖੇ ਉੱਚੇ ਲੰਮੇ ਜਵਾਨ ਪੜੇ ਲਿਖੇ ਸਭ ਕੁਝ ਹੋਵੇ ਪਰ ਪਿਤਾ ਦੀ ਜਗਾ ਦੂਜਾ ਨਹੀਂ ਕੋਈ ਲੈ ਸਕਦਾ ਪਿਤਾ ਦਾ ਸਤਕਾਰ ਰਾਖਵਾ ਹੈ ਕਹਿ ਸਕਦੇ ਹੋ ਤੂੰ ਵੀ ਮੇਰੇ ਪਿਤਾ ਵਰਗਾ ਹੈ ਜਾਂ ਮੇਰੇ ਪਿਤਾ ਦੇ ਬਰਾਬਰ ਹੈ ਪਰ ਫਿਰ ਵੀ ਇਹ ਸਭ ਕੁਝ ਕਹਿੰਦੇ ਹੋਏ ਵੀ ਪਿਤਾ ਦੀ ਥਾਂ ਕਿਸੇ ਦੂਜੇ ਨੂੰ ਨਹੀਂ ਆਪਾਂ ਦੇ ਸਕਦੇ ਉਹ ਰਿਜ਼ਰਵ ਹੈ ਰਾਖਵੀਂ ਚਾਹੀਦੀ ਹੈ ਜਿਵੇਂ ਸੋਹਾਗਣ ਦਾ ਇੱਕ ਥਾਂ ਰਾਖਵਾ ਹੈ ਪਾਵੇਂ ਲੱਖ ਸਾਡੀਆਂ ਧੀਆਂ ਪਹਿਣਾ ਕੁਛ ਵੀ ਪਰ ਜਿਹੜੀ ਸੁਹਾਗਣੇ ਨਾ ਉਹਦਾ ਇੱਕ ਥਾਂ ਰੱਖਵਾਏ ਉਹ ਆਪਣੇ ਦਿਉਰਾ ਨੂੰ ਜੇਠਾ ਨੂੰ ਦੂਜਿਆਂ ਨੂੰ ਤਿਜਿਆਂ ਨੂੰ ਚੰਗੀ ਨਜ਼ਰ ਦੇ ਨਾਲ ਵੇਖੇ ਪਿਆਰ ਸਤਿਕਾਰ ਕਰੇ ਭਰਾਵਾਂ ਬੱਚਿਆ ਮੰਗ ਮੰਨੇ ਪਰ ਸੁਹਾਗਣ ਦਾ ਇੱਕ ਥਾਂ ਰੱਖਵਾਏ ਚਲੋ ਮੈਂ ਇੱਕ ਹੋਰ ਗੱਲ ਕਰ ਦਿਆਂ ਏਹੀ ਤੇ ਗੱਲ ਹੈ ਹੋਰ ਗੱਲ ਕਿਹੜੀ ਹੈ ਦੁਹਾਗਣ ਦਾ ਥਾਂ ਰੱਖਵਾ ਨਹੀਂ ਹੈ ਦੁਹਾਗਣ ਥਾਂ ਥਾਂ ਤੇ ਭਟਕਣ ਵਾਲੀ ੱੱਕੇ ਖਾਣ ਵਾਲੀ ਹੈ ਉਹਨੂੰ ਸਮਾਜ ਦੇ ਅੰਦਰ ਤਾਂ ਹੀ ਦੁਹਾਗਣ ਕਿਹਾ ਗਿਆ ਤਾਂ ਹੀ ਉਹਦਾ ਸਤਕਾਰ ਇਹਨਾਂ ਨਹੀਂ ਜਿੰਨਾ ਸੁਹਾਗਣ ਦਾ ਸਤਕਾਰ ਹੈ ਦੁਹਾਗਣ ਦੇ ਬਰਾਬਰ ਇਸ ਤੋਂ ਅੱਗੇ ਚੱਲੀਏ ਸਾਡੇ ਘਰ ਦੇ ਅੰਦਰ ਔਰਤ ਜਮਾ ਹੈ ਔਰਤ ਜਮੇ ਦੇ ਅੰਦਰ ਮਾਂ ਵੀ ਆਉਂਦੀ ਭੈਣ ਵੀ ਆਉਂਦੀ ਧੀ ਵੀ ਆਉਂਦੀ ਇਹ ਘਰ ਵਾਲੀ ਵੀ ਆਉਂਦੀ ਪਰ ਘਰ ਵਾਲੀ ਦਾ ਥਾਂ ਅੱਡੇ ਧੀ ਦੀ ਜਗ੍ਹਾ ਅੱਡੇ ਭੈਣ ਦੀ ਜਗ੍ਹਾ ਅੱਡੇ ਮਾਂ ਦੀ ਜਗ੍ਹਾ ਅੱਡੇ ਸਭ ਦਾ ਸਤਕਾਰ ਅੱਡੋ-ਅੱਡ ਥਾਂ-ਥਾਈ ਬਾਰਕਰਾ ਰਹਿਣਾ ਚਾਹੀਦਾ ਹੈ ਇੱਕ ਦੀ ਜਗ੍ਹਾ ਤੇ ਦੂਜਾ ਨਹੀਂ ਦੂਜੇ ਜਗ੍ਹਾ ਦੇ ਉੱਤੇ ਤੀਜਾ ਨਹੀਂ ਚਲੋ ਹੋਰ ਆਫਿਸ ਦੇ ਅੰਦਰ ਕਿਧਰੇ ਦਫ਼ਤਰਾਂ ਦੇ ਅੰਦਰ ਜਾ ਕੇ ਵੇਖ ਲਓ ਸਨੀਅਰਿਟੀ ਦਾ ਥਾਂ ਕਿੰਨਾ ਰੱਖਵਾ ਹੈ ਮੈਂ ਗੁਰੂਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਸਾਂ ਸਨੀਅਰਿਟੀ ਦਾ ਥਾਂ ਕਿੰਨਾ ਰੱਖਵਾ ਹੈ ਜਿਹੜਾ ਤੁਹਾਡਾ ਸੀਨੀਅਰ ਹੈ ਉਹ ਕਰੂਪ ਹੋਵੇ ਮਧਰਾ ਹੋਵੇ ਕਾਲਾ ਕਲੂਟਾ ਹੋਵੇ ਸ਼ਕਲੋਂ ਬੇ ਸ਼ਕਲਾ ਜਿਹਾ ਹੋਵੇ ਪਰ ਜਦੋਂ ਉਹ ਤੁਹਾਡੇ ਸਾਹਮਣੇ ਆਉਂਦਾ ਹੈ ਨਾ ਚੇਅਰ ਤੋਂ ਉੱਠ ਜਾਂਦੇ ਹੋ ਸਲੂਟ ਮਾਰਦੇ ਹੋ ਜਨਾਬ ਜਨਾਬ ਕਰਦੇ ਆਂ ਦਾ ਗਲਾ ਸੁਖਦਾ ਜ਼ੁਬਾਨ ਥੱਕਦੀ ਕਿਉਂ ਕਿਉਂਕਿ ਉਹ ਤੁਹਾਡੇ ਤੋਂ ਸੀਨੀਅਰ ਹੈ ਇਸੇ ਕਰਕੇ ਹੀ ਹੈ ਨਾ ਹੋ ਸਕਦਾ ਉਹ ਤੁਹਾਡੇ ਨਾਲੋਂ ਰੂਪ ਰੰਗ 'ਚ ਪਿੱਛੇ ਹੋਵੇ ਕੱਦ ਕਾਰ 'ਚ ਪਿੱਛੇ ਹੋਵੇ ਪਰ ਉਹ ਲਿਆਕਤ ਕਰਕੇ ਉਹ ਸਨੀਅਰਿਟੀ ਕਰਕੇ ਤੁਹਾਡੇ ਤੋਂ ਬੜਾ ਉੱਚਾ ਹੈ ਤੁਹਾਡੇ ਤੋਂ ਉੱਚਾ ਹੋਣ ਕਰਕੇ ਤੁਹਾਨੂੰ ਸਲੂਟ ਮਾਰਨਾ ਪੈਂਦਾ ਹੈ ਜਦ ਇਹ ਸਾਰੀਆਂ ਹੀ ਥਾਵਾਂ ਰੱਖਮੀਆਂ ਨੇ ਇਹ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਚੁੱਕਾ ਹਾਂ ਜਦ ਇਹ ਸਾਰੀਆਂ ਹੀ ਥਾਵਾਂ ਰੱਖਮੀਆਂ ਨੇ ਤੇ ਫਿਰ ਗੁਰੂ ਦਾ ਥਾਂ ਰੱਖਵਾ ਕਿਉਂ ਨਹੀਂ ਰਹਿ ਸਕਦਾ ਗੁਰੂ ਦਾ ਸਤਕਾਰ ਰੱਖਵਾ ਕਿਉਂ ਨਹੀਂ ਰਹਿ ਸਕਦਾ ਗੁਰੂ ਦੇ ਬਰਾਬਰ ਕੋਈ ਦੂਜਾ ਕਿਵੇਂ ਬਹਿ ਸਕਦਾ ਹੈ ਅੱਜ ਤੇ ਸਾਡੀਆਂ ਜਥੇਬੰਦੀਆਂ ਨੇ ਅੱਜ ਤੇ ਸਾਡੇ ਕਈ ਵੀਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਚੱਕ ਕੇ ਦੋ-ਦੋ ਗ੍ਰੰਥਾਂ ਦੇ ਹੋਰ ਪ੍ਰਕਾਸ਼ ਕਰ ਦਿੱਤੇ ਨੇ ਹੈਨਾ ਯਾਰ ਸਮਝ ਨਹੀਂ ਆਉਂਦੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੋਣ ਵਾਸਤੇ ਤੁਹਾਡਾ ਵਿਚਾਰ ਕਿਵੇਂ ਬਣ ਗਿਆ ਤੁਹਾਨੂੰ ਅੰਦਰੋਂ ਸੰਕੋਚ ਨਹੀਂ ਆਇਆ ਅੰਦਰੋਂ ਸੰਗ ਨਹੀਂ ਆਈ ਡਰ ਨਹੀਂ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿੰਨੋ ਬਾਹ ਰਹੇ ਮੈਂ ਅਰਜ ਕਰ ਚੁੱਕਾ ਵੀ ਗੁਰੂ ਦਾ ਥਾਂ ਰੱਖਵਾਇ ਪਿਓ ਦਾ ਥਾਂ ਰੱਖਵਾਇ ਭਾਵੇਂ ਸਾਡਾ ਪਿਓ ਕਾਲਾ ਹੋਵੇ ਕਲੂਟਾ ਹੋਵੇ ਨਕਮਾ ਹੋਵੇ ਅਮਲੀ ਹੋਵੇ ਸ਼ਰਾਬੀ ਹੋਵੇ ਉਹਦਾ ਥਾਂ ਰੱਖਵਾਇ ਉਹਦੇ ਬਰਾਬਰ ਤਾਏ ਚਾਚੇ ਆਣ ਕੇ ਪਿਓ ਦੀ ਜਗ੍ਹਾ ਨਹੀਂ ਲੈ ਸਕਦੇ ਤੇ ਇਹ ਜਿਹੜਾ ਸਾਡਾ ਪਿਓ ਵੇ ਜਿਹਦਾ ਨਾਂ ਗੁਰੂ ਗ੍ਰੰਥ ਸਾਹਿਬ ਹੈ ਨਾ ਇਹਦੇ 'ਚ ਕੋਈ ਔਗਣੇ ਨਾ ਕੋਈ ਮੈਲ ਏ ਤੁਸੀਂ ਦੀਵਾ ਹੱਥ 'ਚ ਲੈ ਕੇ ਔਗਣ ਲੱਭਣਾ ਚਾਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਲੱਭੇਗਾ ਪਰ ਇਸ ਪਿਓ ਦਾ ਥਾਂ ਰਾਖਮਾਂ ਰੱਖਣ ਦੀ ਬਜਾਏ ਤੁਸੀਂ ਖੋਣ ਦਾ ਯਤਨ ਕੀਤਾ ਉਹਦੇ ਬਰਾਬਰ ਚੱਕ ਕੇ ਦੋ-ਦੋ ਗ੍ਰੰਥਾਂ ਦਾ ਪ੍ਰਕਾਸ਼ ਕਰ ਦਿੱਤਾ ਡਰ ਨਹੀਂ ਲੱਗਦਾ ਤੁਹਾਨੂੰ ਸੰਗਾ ਨਹੀਂ ਆਉਂਦੀ ਇਹ ਕੰਮ ਕਰਨ ਲੱਗਿਆਂ ਨੂੰ ਵੀ ਅਸੀਂ ਗੁਰੂ ਦਾ ਸਤਕਾਰ ਵਧਾਉਣ ਲੱਗੇ ਆ ਜਾਂ ਗੁਰੂ ਦਾ ਸਤਕਾਰ ਘਟਾਉਣ ਲੱਗੇ ਆ ਗੁਰੂ ਗ੍ਰੰਥ ਸਾਹਿਬ ਸਿਰਫ ਉੱਚੇ ਤਖਤ ਦੇ ਉੱਤੇ ਚਾਹੀਦੇ ਨੇ ਉਹਦੇ ਬਰਾਬਰ ਕੋਈ ਦੂਜਾ ਨਹੀਂ ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮੰਦਾ ਹੈ ਪਰ ਗੁਰੂ ਦੇ ਬਰਾਬਰ ਕੋਈ ਦੂਜਾ ਨਹੀਂ ਸਤਕਾਰ ਸ਼ਰਧਾ ਤੇ ਭਰੋਸਾ ਇਹ ਜਿਹੜਾ ਗੁਰੂ ਲਈ ਹੈ ਨਾ ਉਹ ਬਿਲਕੁਲ ਰਾਖਵਾ ਚਾਹੀਦਾ ਹੈ ਇਹਦੇ ਉੱਤੇ ਕਿਸੇ ਦੂਜੇ ਦਾ ਹੱਕ ਨਹੀਂ ਚਾਹੀਦਾ ਜਿਵੇਂ ਸੋਹਾਗਣ ਦੇ ਉੱਤੇ ਕਿਸੇ ਦੂਜੇ ਦਾ ਹੱਕ ਨਹੀਂ ਨਾ ਇੱਕ ਤੋਂ ਬਿਨਾ ਇਸ ਤਰ੍ਹਾਂ ਹੀ ਗੁਰੂ ਦੇ ਉੱਤੇ ਗੁਰੂ ਦੇ ਸ਼ਰਧਾ ਪਿਆਰ ਵਿਸ਼ਵਾਸ ਭਰੋਸੇ ਦੇ ਉੱਤੇ ਕਿਸੇ ਦਾ ਹੱਕ ਨਹੀਂ ਚਾਹੀਦਾ ਬਈ ਇਹ ਜੀ ਆਏ ਜੀ ਉਹ ਕਿਸੇ ਦਾ ਕਣੀ ਨੂੰ ਵੱਡਿਆ ਨਹੀਂ ਜਾ ਸਕਦਾ ਪਰ ਮੈਂ ਵੇਖ ਰਿਹਾ ਕੋਈ ਅੱਜ ਸ੍ਰੀ ਚੰਦ ਦੇ ਸੋਲੇ ਗਾਉਂਦਾ ਥੱਕਦਾ ਨਹੀਂ ਔਰ ਬੜੇ ਬੜੇ ਸਾਡੇ ਸੂ ਜਵਾਨ ਪ੍ਰਚਾਰਕ ਸੋਲੇ ਗਾਉਂਦੇ ਥੱਕਦੇ ਨਹੀਂ ਆ ਜਿਹੜੇ ਪਖੰਡੀਆਂ ਸਾਧ ਨੇ ਇਹ ਸ੍ਰੀ ਚੰਦ ਦੇ ਸੋਲੇ ਗਾਉਂਦੇ ਥੱਕਦੇ ਨਹੀਂ ਮੈਂ ਬੜਾ ਹੈਰਾਨ ਹਾਂ ਵੀ ਗੁਰੂ ਦੀ ਜਗ੍ਹਾ ਤੇ ਨਾਲ ਤੁਸੀਂ ਉਹਨਾਂ ਨੂੰ ਬਿਠਾਉਂਦਾ ਯਤਨ ਕਰ ਰਹੇ ਹੋ ਬਲਕੇ ਗੁਰੂ ਨਾਲ ਉਹ ਵੀ ਵੱਡਾ ਸਾਬਤ ਕਰਨ ਦਾ ਯਤਨ ਕਰ ਰਹੇ ਹੋ ਤੁਹਾਡੀ ਜ਼ੁਬਾਨ ਕਹਿ ਨਹੀਂ ਰਹੀ ਬਲਕੇ ਤੁਹਾਡੀ ਸ਼ਰਧਾ ਤੁਹਾਡੀ ਭਾਵਨਾ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਹੈ ਜਿੰਨੀ ਇੱਕ ਡੇਰੇਦਾਰ ਦੇ ਉੱਤੇ ਹੈ ਹੁਣ ਤੁਸੀਂ ਕਹੋਗੇ ਜੀ ਇਹ ਤਾਂ ਗੱਲ ਝੂਠ ਹੈ ਇਦਾਂ ਹੁੰਦਾ ਨਹੀਂ ਜੇ ਨਹੀਂ ਹੁੰਦਾ ਆਪਣੇ ਪਿੰਡ ਦੇ ਗੁਰਦੁਆਰੇ ਦੇ ਅੰਦਰ ਜਾ ਕੇ ਬੜਾ ਘੱਟ ਮੱਥਾ ਟੇਕਦੇ ਤੇ 10 ਪਿੰਡ ਉਲੰਘ ਕੇ 10 ਪਿੰਡ ਦੂਰ ਜਾ ਕੇ ਸਾਧ ਦੇ ਡੇਰੇ ਤੇ ਜਾ ਕੇ ਮੱਥਾ ਟੇਕਦੇ ਤੇ ਤੁਹਾਡਾ ਤਰੱਕੀ ਹੁੰਦਾ ਜੀ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਹੀ ਤੇ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਹੈ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਹੈ ਤੁਹਾਡੇ ਪਿੰਡ ਵਿੱਚ ਨਹੀਂ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਤੁਹਾਨੂੰ ਅਸ਼ਰਦਾ ਸਤਕਾਰ ਉੱਥੇ ਤੁਹਾਡਾ ਕਿਉਂ ਅੱਗੇ ਨਾ ਆਇਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਜ਼ਤ ਸਾਹਮਣੇ ਕਿਉਂ ਨਾ ਆਈ 10 ਪਿੰਡ ਦੂਰ ਜਾ ਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਆ ਗਿਆ ਪਰ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਮਿੰਟ ਦਾ ਮਿੰਟ ਮੱਥਾ ਉੱਥੇ ਵੀ ਟੇਕਿਆ ਹੈ। ਬਾਕੀ ਤੇ ਸਾਧ ਦੇ ਪੈਰਾਂ ਵਿੱਚ ਹੀ ਬੈਠੇ ਰਹੇ। ਬਾਕੀ ਤੇ ਸਾਧ ਦੇ ਗਾਣੇ ਗਾਉਂਦੇ ਰਹੇ, ਉਹਦੇ ਹੀ ਸੋਇਲੇ ਗਾਉਂਦੇ ਰਹੇ। ਖੈਰ ਮੈਂ ਇੱਕ ਲਫ਼ਜ਼ ਬੋਲਦਿਆਂ ਤੇ ਉਹ ਲਫ਼ਜ਼ ਅਤ ਕਥਨੀ ਵਾਲਾ ਨਹੀਂ ਹੋਏਗਾ। ਕਹਿੰਦੇ ਨੇ ਵੀ ਵਿਕਿਆ ਹੋਇਆ ਪ੍ਰਚਾਰਕ, ਵਿਕਿਆ ਹੋਇਆ ਪੱਤਰਕਾਰ ਤੇ ਵਿਕਿਆ ਹੋਇਆ ਤਾਣਾ ਇਹ ਕੋ ਬਰਾਬਰ ਹੀ ਹੁੰਦੇ ਨੇ। ਤਨ ਦਾ ਮਤਲਬ ਸਮਝਦੇ ਹੋ ਨਾ ਵਿਕਿਆ ਹੋਇਆ ਪੱਤਰਕਾਰ ਵਿਕਿਆ ਹੋਇਆ ਪ੍ਰਚਾਰਕ ਜਿਹਦੇ ਅੰਦਰ ਬਹੁਤ ਸਾਰੇ ਪ੍ਰਚਾਰਕ ਵੀ ਆਉਂਦੇ ਨੇ ਸਾਧ ਲਾਣਾ ਵੀ ਆਉਂਦਾ ਤੇ ਵਿਕਿਆ ਹੋਇਆ ਸਰੀਰ ਵਿਕਿਆ ਹੋਇਆ ਤਨ ਇਹ ਇੱਕੋ ਹੀ ਦਰਜੇ ਦਾ ਰੱਖਦੇ ਨੇ ਇੱਕੋ ਹੀ ਦਰਜਾ ਇਹਨਾਂ ਦਾ ਹੁੰਦਾ ਹੈ ਕਿਸੇ ਦਾ ਉੱਚਾ ਨਹੀਂ ਬਾਣੀ ਉਹ ਇੱਕ ਤਨ ਨੂੰ ਵੇਚ ਕੇ ਪੈਸਾ ਕਮਾ ਰਿਆ ਇੱਕ ਗਿਆਨ ਨੂੰ ਵੇਚ ਕੇ ਪੈਸਾ ਕਮਾ ਰਿਆ ਇੱਕ ਪਖੰਡ ਨੂੰ ਵੇਚ ਕੇ ਪੈਸਾ ਕਮਾ ਰਿਆ ਮੈਂ ਤਾਂ ਕਈ ਵਾਰੀ ਹੈਰਾਨ ਹਾਂ ਵੀ ਤੁਸੀਂ ਥੱਲੇ ਡਿੱਗੋ ਪਰ ਡਿੱਗਣ ਦਾ ਵੀ ਕੋਈ ਤੁਹਾਡਾ ਮਿਆਰ ਚਾਹੀਦਾ ਤੁਸੀਂ ਤੇ ਇੰਨੇ ਬੇਮਿਆਰੇ ਆਪਣੇ ਆਪ ਨੂੰ ਕਰ ਲਿਆ ਰੁਪਈਆ ਤੇ ਵਿਚਾਰਾ ਐਵੇਂ ਬਦਨਾਮ ਹੀ ਐ ਰੁਪਈਆ ਤੇ ਡਿੱਗਣ ਦੇ ਅੰਦਰ ਐਵੇਂ ਹੀ ਬਦਨਾਮ ਐ ਪਰ ਬੰਦੇ ਜਿੰਨਾ ਰੁਪਈਆ ਨਹੀਂ ਦੇਖ ਸਕਦਾ ਜਿੰਨਾ ਬੰਦਾ ਡਿੱਗ ਸਕਦਾ ਤੁਹਾਨੂੰ ਤੇ ਗੁਰੂ ਗ੍ਰੰਥ ਸਾਹਿਬ ਵੀ ਗੁਰੂ ਨਜ਼ਰ ਨਾ ਆਇਆ ਗੁਰੂ ਦਾ ਸਤਖਾਰ ਵੀ ਨਜ਼ਰ ਨਾ ਆਇਆ ਤੇ ਗੁਰੂ ਦੇ ਵਿਰੁੱਧ ਵੀ ਤੁਸੀਂ ਬੋਲਣਾ ਸ਼ੁਰੂ ਕਰ ਦਿੱਤਾ ਤੇ ਕਈਆਂ ਦੀ ਬੋਲੀ ਵਿੱਚੋਂ ਤੇ ਐਂ ਲੱਗਦਾ ਜਿਵੇਂ ਉਹ ਨਾ ਬੋਲ ਨਾ ਰਹੇ ਹੋਣ ਕਥਾ ਨਾ ਕਰ ਰਹੇ ਹੋਣ ਬਲਕਿ ਕਿਸੇ ਦੇ ਤਲਵੇ ਹੀ ਛੱਟ ਰਹੇ ਹੋਣ ਤੁਹਾਡੀ ਬੋਲੀ ਵਿੱਚੋਂ ਐਵੇਂ ਝਲਕਦਾ ਹੈ ਬਹੁਤੇ ਨੂੰ ਸ਼ਾਇਦ ਪਤਾ ਲੱਗ ਜਾਂਦਾ ਹੋਵੇ ਕਈਆਂ ਨੂੰ ਨਾ ਲੱਗਦਾ ਹੋਵੇ ਤੁਹਾਡੀ ਬੋਲੀ ਵਿੱਚੋਂ ਐਵੇਂ ਲੱਗਦਾ ਵੀ ਕਿਸੇ ਦੀ ਝੋਲੀ ਚੁੱਕੀ ਜਾ ਰਹੀ ਹੈ ਕਿਸੇ ਦੇ ਤਲਵੇ ਚੱਟੇ ਜਾ ਰਹੇ ਨੇ ਕਿਸੇ ਦੇ ਸਾਹਮਣੇ ਪੂਛ ਹਿਲਾ ਰਹੀ ਹਲਾਈ ਜਾ ਰਹੀ ਹੈ ਪਿਆਰਿਓ ਨਾ ਡਿਕੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਜਗ੍ਹਾ ਤੇ ਰਹੇ ਨੇ ਉਨ ਤੁਸੀਂ ਕਹੋਗੇ ਜੀ ਅਸੀਂ ਕਿਨੂੰ ਪਾਇਆ ਜਥੇਬੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੋ ਦੋ ਗ੍ਰੰਥਾਂ ਦਾ ਪ੍ਰਕਾਸ਼ ਤੇ ਕਰ ਹੀ ਦਿੱਤਾ ਹੈ ਨਾ ਤੇ ਸਾਧ ਲਾਣਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਬਸ ਮੱਥਾ ਟਿਕਾਉਣ ਥਾਕੇ ਰੱਖਿਆ ਇਸ ਤੋਂ ਅੱਗੇ ਨਹੀਂ ਗੱਲ ਆਪਣੀ ਕਰਨੀ ਹੈ ਆਪਣੀ ਗੱਲ ਨੂੰ ਗੁਰਮਤ ਕਹਿਣਾ ਹੈ ਲੋਕਾਂ ਨੇ ਵੀ ਉਹਨੂੰ ਗੁਰਮਤ ਮੰਨਣਾ ਹੈ ਲੋਕਾਂ ਨੇ ਵੀ ਇਹ ਕਹਿਣਾ ਸਾਡੇ ਬਾਬਾ ਜੀ ਦਾ ਬਚਨ ਸਾਡੇ ਬਾਬਾ ਜੀ ਬਚਨ ਕਰਿਆ ਕਰਦੇ ਸਨ ਜਿਹੜੇ ਬਚਨ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਉਹ ਤੁਹਾਨੂੰ ਭੁੱਲ ਜਾਂਦੇ ਨੇ ਜਿਹੜੇ ਕਰਿਆ ਕਰਦੇ ਸਨ ਉਹ ਤੁਹਾਨੂੰ ਯਾਦ ਨੇ ਮਾਫ ਕਰਿਓ ਇਹਨਾ ਨਾ ਡਿੱਗੋ ਇਹਨਾ ਥੱਲੇ ਨਾ ਜਾਓ ਵੀ ਤਲਵੇ ਚਟ ਚਟ ਕੇ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਬਣ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ